ਤੁਸੀਂ ਕਿਵੇਂ ਯਕੀਨ ਦਿਵਾਉਂਦੇ ਹੋ ਪੰਜਾਬ ਦੇ ਲੋਕਾਂ ਨੂੰ ਕਿ ਜੇ ਤੁਹਾਡੀ ਸਰਕਾਰ ਜੇ ਬੰਦੀ ਹੈ ਜਾਂ ਭਾਈ ਵਾਲੀ ਨਾ ਬੰਦੀ ਜੋ ਵੀ ਸੂਤੇ ਹਾਲ ਹੁੰਦੀ ਹੈ ਜੋ ਲੁੱਟਿਆ ਗਿਆ ਹੈ ਪੰਜਾਬ ਨੂੰ ਮਾਫੀਆ ਜੋ ਜਿਸ ਤਰ੍ਹਾਂ ਦੇ ਮਾਫੀਆ ਪੰਜਾਬ ਸਭ ਨੂੰ ਪਤਾ ਉਹਦਾ ਜ਼ਿਕਰ ਕਰਨਾ ਕੋਈ ਬਹੁਤ ਜ਼ਰੂਰੀ ਨਹੀਂ ਹੈ ਕਿਵੇਂ ਤੁਸੀਂ ਯਕੀਨ ਦਿਵਾਉਂਦੇ ਹੋ ਕਿ ਉਹ ਲੋਕ ਜਿਨ੍ਹਾਂ ਨੇ ਪੰਜਾਬ ਨੂੰ ਲੁੱਟਿਆ ਹੈ ਉਹਨਾਂ ਨੂੰ ਤੁਸੀਂ ਉਹਨਾਂ ਨੂੰ ਅੰਜਾਮ ਤੱਕ ਲੈ ਕੇ ਜਾਓਗੇ ਜੋ ਪੈਸਾ ਪੰਜਾਬ ਦਾ ਗਿਆ ਉਹ ਵਾਪਸ ਲੈ ਕੇ ਆਓਗੇ ਦੇਖੋ ਜੀ ਕਹਾਵਤ ਹੈ ਹੱਥ ਕੰਗਨ ਨੂੰ ਆਰਸੀ ਕੀ ਤੇ ਪੜੇ ਲਿਖੇ ਨੂੰ ਫਾਰਸੀ ਕੀ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਜਿੱਥੇ ਜਿੱਥੇ ਭਾਜਪਾ ਦੀਆਂ ਸਰਕਾਰਾਂ ਬਣੀਆਂ ਜਿਹੜੇ ਜਿਹੜੇ ਸੂਬੇ ਚ ਸਰਕਾਰਾਂ ਬਣੀਆਂ ਉੱਥੇ ਕਿਦਾਂ ਦਾ ਰਾਜ ਚੱਲ ਰਿਹਾ ਉੱਥੇ ਹੀ ਪਤਾ ਲੱਗੇਗਾ ਨਾ ਕਿ ਭਾਜਪਾ ਪੰਜਾਬ ਚ ਕਿਵੇਂ ਰਾਜ ਪਹਿਲੀ ਵਾਰ ਭਾਜਪਾ ਆਪਣੇ ਬੂਤੇ ਪੰਜਾਬ ਚ ਰਾਜ ਕਰਨ ਲਈ ਅੱਗੇ ਵੱਧ ਰਹੀ ਹੈ ਲੋਕਾਂ ਦੇ ਸਾਹਮਣੇ ਆਪਣੇ ਸੰਕਲਪ ਲੈ ਕੇ ਜਾ ਰਹੀ ਹੈ ਤੇ ਲੋਕ ਦੇਖ ਰਹੇ ਨੇ ਕਿ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਉੱਤਰ ਪ੍ਰਦੇਸ਼ ਚ ਆਈ ਉੱਤਰ ਪ੍ਰਦੇਸ਼ ਦੀ ਕੀ ਐਮਐਸਸੀ ਕੀ ਛਵੀ ਸੀ ਜਿਸ ਪ੍ਰਕਾਰ ਦੀ ਗੁੰਡਾਗਰਦੀ ਜਿਸ ਪ੍ਰਕਾਰ ਦਾ ਮਾਫੀਆ ਰਾਜ ਜਿਸ ਪ੍ਰਕਾਰ ਦੀ ਉੱਥੇ ਚੱਲ ਰਹੀ ਸੀ ਐਕਸਟਰਸ਼ਨ ਦਾ ਧੰਦਾਗ ਉਹ 5 ਸਾਲਾਂ ਦੇ ਅੰਦਰ ਉਹੀ ਉੱਤਰ ਪ੍ਰਦੇਸ਼ ਜਿਹਨੂੰ ਕਦੀ ਬਿਮਾਰ ਰਾਜ ਕਹਿੰਦੇ ਸੀ ਉਹ ਇਦਾਂ ਬਦਲ ਗਿਆ ਹੈ ਕਿ ਪੰਜਾਬ ਦੇ ਇੰਡਸਟਰੀਅਲਿਸ ਜਾ ਕੇ ਯੋਗੀ ਸਾਹਿਬ ਨੂੰ ਕਹਿੰਦੇ ਨੇ ਕਿ ਸਾਨੂੰ ਇੱਥੇ ਇੰਡਸਟਰੀ ਲਾਉਣ ਦੀ ਇਜਾਜ਼ਤ ਦੇ ਦਿਓ ਜਿਸ ਬਿਹਾਰ ਦੀ ਕਦੀ ਇਹ ਛਵੀ ਸੀ ਉਸ ਛਵੀ ਨੂੰ ਭਾਜਪਾ ਗਠਬੰਧਨ ਦੀ ਸਰਕਾਰ ਨੇ ਇਦਾਂ ਬਦਲਿਆ ਹੈ ਕਿ ਅੱਜ ਉਹ ਬਿਹਾਰ ਤਰੱਕੀ ਦੇ ਰਸਤੇ ਤੇ ਹੈ ਸਾਡਾ ਗਵਾਂਡੀ ਹਰਿਆਣਾ ਉੱਥੇ ਕਿਸ ਪ੍ਰਕਾਰ ਦੀ ਪੋਲਿਟੀਕਲ ਮਾਫੀਆ ਪਨ ਪਿਆ ਸੀ ਚਟਾਲਿਆਂ ਦਾ ਰਾਜ ਕੋਈ ਧੰਦਾ ਉਥੇ ਪਨਪ ਨਹੀਂ ਸਕਦਾ ਸੀਗਾ ਅੱਜ ਉਹੀ ਹਰਿਆਣਾ ਡਵੈਲਪਮੈਂਟ ਦੇ ਰਸਤੇ ਤੇ ਇਵੇਂ ਅੱਗੇ ਵਧਿਆ ਕਿ ਪੰਜਾਬ ਨਾਲੋਂ ਤਿੰਨ ਗੁਣਾ ਜ਼ਿਆਦਾ ਜੀਐਸਟੀ ਕਲੈਕਸ਼ਨ ਹਰਿਆਣੇ ਦੀ ਹੋ ਰਹੀ ਹੈ ਹਾਲਾਂਕਿ ਸਾਡੇ ਨਾਲੋਂ ਛੋਟਾ ਸੂਬਾ ਐ ਇਸ ਨੂੰ ਛੋਟਾ ਭਰਾ ਕਹਿੰਦੇ ਆ ਤੇ ਪੰਜਾਬ ਦੇ ਲੋਕ ਦੇਖ ਰਹੇ ਨੇ ਕਿ ਭਾਜਪਾ ਜੇ ਬਾਕੀ ਸੂਬਿਆਂ ਨੂੰ ਬਦਲ ਸਕਦੀ ਹੈ ਜੇ ਗੁਜਰਾਤ ਨੂੰ ਬਦਲ ਸਕਦੀ ਹੈ ਮਹਾਰਾਸ਼ਟਰ ਨੂੰ ਬਦਲ ਸਕਦੀ ਹੈ ਮੱਧ ਪ੍ਰਦੇਸ਼ ਨੂੰ ਬਦਲ ਸਕਦੀ ਹੈ ਬਿਹਾਰ ਨੂੰ ਬਦਲ ਸਕਦੀ ਹੈ ਉੱਤਰ ਪ੍ਰਦੇਸ਼ ਨੂੰ ਬਦਲ ਸਕਦੀ ਹੈ ਹਰਿਆਣਾ ਨੂੰ ਬਦਲ ਸਕਦੀ ਹੈ ਤੇ ਉਹ ਪੰਜਾਬ ਨੂੰ ਕਿਉਂ ਨਹੀਂ ਬਦਲ ਸਕਦੀ ਬਿਲਕੁਲ ਕੁਝ ਸਵਾਲ ਸੱਤ ਦੇ ਮਾਫੀਆ ਰਾ ਇਸ ਕਰਕੇ ਪੰਜਾਬ ਦੇ ਲੋਕ ਸਾਡੇ ਤੇ ਵਿਸ਼ਵਾਸ ਕਰਦੇ ਨੇ